यो आकाशवाणी जम्मू है जावेद चौधरी ते खबर सुनो वज़ी अज़म नरेंद्र मोदी ने मन की बात प्रोग्राम के दौरान छब्बी मुंबई हमला जहां ज आला अफराद ने याद है है हो भारत दहशतगर्दी ना तगड़ाई नाल खत्म कर रहे है उत्तराखंड एक ज़ेरे तामीर टनल मां फसिया ब कली मज़दूर को बचाने कार्रवाई चल रही है हैं कुंबागा अफराद नाल मज़दूर को राबतों कायम करने टेलीफोन की सहूलत मुहैया कराई गई है कौमी सेहत मिशन ने अक्तूबर दो हज़ार त्रई वे अवामी सेहत सहूलियात की दर्जाबंदी हस्पता इतलाती निजाम वर जारी की है तो जम्मू महापालक एल एल सी क्रिकेट मुकाबला खेड जाएगा ख़बर की नाल पहला मोहम्मद अमीन अंजुम ਵਜ਼ੀਰ ਆਜ਼ਮ ਨੇ ਅੰਦਰ ਮੋਦੀ ਨੇ 26 ਅਰਮ ਮੁੰਬਈ ਦੇ ਅਸਤਗਰ ਹਮਲਾ ਮਾ ਜਾਣ ਗਵਾਨ ਵਾਲਾ ਲੋਕਾਂ ਨਾਲ ਅੱਜ ਖਰਾਜ ਦੇ ਅਕੀਦਤ ਪੇਸ਼ ਕੀਓ ਆਕਾਸ਼ਵਾਣੀ ਪਰ ਮਹਾਨਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਮਾ ਕੌਮ ਨਾਲ ਖਤਾਬ ਕਰਤਾ ਮਾ ਜਨਾਬ ਮੋਦੀ ਨੇ ਕਿਉ ਹੈ ਜੇ ਕੌਮ ਅੱਜ ਗੋ ਤਿਹਾੜੋ ਯਾਨੀ 26 ਨਵੰਬਰ ਕਦੇ ਨਹੀਂ ਬਸਾਰੇਗੀ ਕਿਉਂ ਜੇ ਅੱਜ ਹੀ ਦੇ ਦਿਨ ਮੁਲਕ ਮਾ ਵੱਡਾ ਬੁਜ਼ ਦਿਲਾਣਾ ਦਹਿਸ਼ਤਗਰਦ ਹਮਲਾ ਹੋਇਆ ਥਾ ਵਜ਼ੀਰ ਆਜ਼ਮ ਨੇ ਉਜਾਗਰ ਕੀਓ ਅੱਜ 26 ਨਵੰਬਰ ਇਸ ਵਾਸਤੇ ਵੀ ਨਮਾਇਆ ਹੈ ਕਿਉਂ ਜੇ ਇਸ ਤਿਹਾੜੇ ਸਾਨੂੰ 1959 ਮਾ ਕੰਸਟਿਟੂਐਂਟ ਅਸੈਂਬਲੀ ਨੇ ਭਾਰਤੀ ਆਈਨ ਪਾਸ ਕਰਕੇ ਅਪਣਾਇਓ ਤੋਂ ਮਕਾਮੀ ਚੀਜ਼ਾਂ ਨਾ ਤਰਜੀਹ ਦੇਣ ਬਾਰੇ ਵੋਕਲ ਫਾਰ ਲੋਕਲ ਮੌਜੂ ਪਰ ਵਜ਼ੀਰ ਆਜ਼ਮ ਨੇ ਉਜਾਗਰ ਕਿਓ ਜੇ ਮੁਲਕ ਦਾ 140 ਕਰੋੜ ਲੋਕਾਂ ਦੀ ਤਰਫੋਂ ਭਾਰਤ ਮਾ ਕਈ ਤਬਦੀਲੀ ਕੀ ਗਈ ਤੇ ਉਹਨਾਂ ਦੀ قیادت ਕੀਤੀ ਜਾ ਰਹੀ ਹੈ ਵਜ਼ੀਰ ਆਜ਼ਮ ਨੇ ਕਿਹਾ ਜੇ ਪਿਛਲਾ ਚੰਦ ਬਰਾ ਮਾ ਦੀਵਾਲੀ ਭయ్యా ਦੂਜ ਔਰ ਛੱਟ ਕੇ ਦੌਰਾਨ 4 ਲੱਖ ਕਰੋੜ ਰੁਪਈਆ ਤੇ ਮਤੀ ਰਕਮ ਕੋ ਕਾਰੋਬਾਰ ਹੋਵੋ ਵਜ਼ੀਰ ਆਜ਼ਮ ਨੇ ਕਿਓ इससे स्थानीय उत्पादों में एडिशन का भी मार्ग बनता है और अगर कभी वैश्विक अर्थव्यवस्था में उतार चढ़ाव आता है तो वोकल फॉर लोकल का मंत्र हमारी अर्थव्यवस्था को संरक्षित भी करता है ਇਕ ਭਾਰਤ ਤੇ ਸ਼੍ਰੇਸ਼ਟ ਭਾਰਤ ਬਾਰੇ ਗੱਲ ਕਰਤਾ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਹਾਲ ਹੀ ਮੱਝੂ ਖੀਤਾ ਦਾ ਕਟੂਆ ਜ਼ਿਲ੍ਹਾ ਮਨਕਦ ਹੋਆ ਬਸੋਲੀ ਉਤਸਵ ਗੋ ਜ਼ਿਕਰ ਕੀਓ ਸਵਜ ਭਾਰਤ ਕਾ ਸਿਸਲਾ ਮਾ ਉਹਨਾਂ ਨੇ ਕਿਹਾ ਜੀ ਹੁਣ ਯੋ ਪੂਰਾ ਮੁਲਕ ਗੋ ਪਸੰਦੀਂਦਾ ਮੌਜੂ ਬਣ ਗੇ ਹੋਏ ਪਾਣੀ ਕੀ ਕਮੀ ਬਾਰੇ ਵਜ਼ੀਰ ਆਜ਼ਮ ਨੇ ਪਾਣੀ ਬਚਾਨ ਕੀ ਗੱਲ ਕੀ ਵਜ਼ੀਰ ਆਜ਼ਮ ਨੇ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ਕਿਹਾ ਜੀ ਮਨ ਕੀ ਬਾਤ ਪ੍ਰੋਗਰਾਮ ਕੀ ਇੱਕ ਹਸੁਲੀਯਾ ਬੀ ਯਾ ਹੈ ਜੀ ਇਸਨੇ ਆਰ ਕਾਰ ਮਾ ਰੇਡੀਓ ਨਾਹੋਰ ਮਤੋਂ ਮਸ਼ਹੂਰ ਕਰ ਦਿੱਤੋ ਹੈ ਉਹਨਾਂ ਨੇ ਕਿਹਾ मन की बात की एक और उपलब्धि यह भी है कि इसने घर घर में रेडियो को और अधिक लोकप्रिय बना दिया है माई गांव पर उत्तर प्रदेश में अमरोहा के राम सिंह बौद्ध जी का एक पत्र मिला है राम सिंह जी पिछले कई दशकों से रेडियो संग्रह करने के काम में जुटे हैं उनका कहना है कि मन की बात के बाद से उनके रेडियो म्यूजियम के प्रति लोगों की उत्सुकता और बढ़ गई है वजीर आजम ने दिवाली का त्यौहार के बाद पल्क गुरु नानक देव जी ना याद करने बारे तिहाड़ा वर कौम ना मुबारकबाद पेश की वजीर आजम ने इस तरह क्यों गुरू नानक जी के अनमोल संदेश भारत ही नहीं दुनिया भर के लिए आज भी प्रेरक और प्रासंगिक है ये हमें सादगी सद्भाव और दूसरों के प्रति समर्पित होने के लिए प्रेरित करते हैं ਉਤਰਾਖਾਸ਼ੀ ਜ਼ਿਲ੍ਹੇ ਮਾ ਫਸਿਆ 44 ਮਜ਼ਦੂਰਾਂ ਨੂੰ ਬਚਾਉਣ ਵਾਸਤੇ ਉਤਰਾਖੰਡ ਮਾ ਰੀਲੀਫ ਤੇ ਬਚਾਓ ਕਾਰਵਾਈ ਚੱਲ ਰਹੀ ਹੈ ਇਹ ਮਜ਼ਦੂਰ 12 ਨਵੰਬਰ ਤੇ ਸਿਲਕਿਆਰਾ ਜ਼ੀਰੇ ਤਾਮੀਰ ਟਨਲ ਮਾ ਫਸਿਆ ਹੋਏ ਵਜ਼ੀਰੀਆਲਾ ਪੁਸ਼ਕਰਨਾਥ ਦਾਮੀ ਨੇ ਕਿਹਾ ਜੀ ਕਿ ਮੁਸ਼ਕਿਲਤ ਹਾਲਾਤ ਦੇ ਬਾਵਜੂਦ ਬਚਾਓ ਕਾਰਵਾਈ ਜਾਰੀ ਹੈ ਵਜ਼ੀਰੀਆਲਾ ਨੇ ਕਿਹਾ ਜੀ ਪਲਾਜ਼ਮਾ ਮਸ਼ੀਨ ਜਿਹੜੀ ਹਦਰਾਬਾਦ ਤੇ ਲਿਆਈ ਗਈ ਹੈ ਨੇ ਕਟਾਉ ਕੋ ਕੰਮ ਸ਼ੁਰੂ ਕਰ ਦਿੱਤੋ ਹੈ। ਕਾਬਿਲ ਜ਼ਿਕਰ ਹੈ ਜੇ ਵਾਫਰਮਗਦਾਰ ਮਾ ਆਕਸੀਜਨ ਖੁਰਾਕ ਤੇ ਪਾਣੀ ਔਰ ਦਵਾਈ ਟਨਲ ਦੇ ਅੰਦਰ ਫਸੇ ਮਜ਼ਦੂਰਾਂ ਨਾਲ ਸਪਲਾਈ ਕੀਤੀ ਜਾ ਰਹੀ ਹੈ ਤੇ ਇੰਤਜ਼ਾਮੀਆਂ ਮਜ਼ਦੂਰਾਂ ਨਾਲ ਜ਼ਰੂਰੀ ਰਾਬਤਾ ਕਾਇਮ ਕਰਨ ਵਾਸਤੇ ਕੰਮ ਕਰ ਰਹੀ ਹੈ। ਇਸੇ ਲਾਮਾ BSNL ਦੀ ਤਰਫੋਂ ਟੈਲੀਫੋਨ ਲਾਈਨ ਵੀ ਮੁਹੱਈਆ ਕਰਾਈ ਜਾ ਰਹੀ ਹੈ ਤਾਂ ਜੇ ਮਜ਼ਦੂਰਾਂ ਕੋ ਆਪਣਾ ਘੁੰਬਣ ਨਾਲ ਰਾਬਤੋ ਕੀ ਜਾ ਸਕੇ। ਅਜ ਕੌਮ 26 ਜਨਵਰੀ ਮੁੰਬਈ ਦਸਤਗਰ ਹਮਲਾ ਦਾ ਸ਼ਿਕਾਰ ਲੋਕਾਂ ਨਾਲ ਖਰਜਾ ਕੇ ਦਿੱਤ ਪੇਸ਼ ਕਰ ਰਹੀ ਹੈ ਇਸ ਇਸਲਾਮਾ 26 ਨਵੰਬਰ 2008 ਮਾ 10 ਪਾਕਿਸਤਾਨੀ ਦਸਤਗਰਦਾਂ ਨੇ ਜਨੂਬੀ ਮੁੰਬਈ ਮਾ ਸਮੁੰਦਰੀ ਰਸਤੇ ਦਰੰਦਾਜ਼ੀ ਕਰ ਗਏ ਸ਼ਹਿਰ ਦੀ ਕਈ ਜਗ੍ਹਾ ਹਮਲਾ ਸ਼ੁਰੂ ਕਰ ਦਿੱਤਾ ਥਾ ਇਨ ਹਮਲਾ ਮਾ 168 ਅਫਰਾਦ ਹਲਾਕ ਜਾਤ ਗਏ 300 ਤੋਂ ਮਤਾਂ ਜ਼ਖਮੀ ਹੋ ਗਿਆ ਥਾ ਸਦਰੇ ਜਮੂਰੀਅਤ ਦਰੋਪਦੀ ਮੁਰਮੂ ਨੇ ਨਾਇਬ ਸਦਰ ਜਗਦੀਪ ਧਨਕਰ ਨੇ ਬਹਾਦਰ ਸ਼ਹੀਦ ਜਵਾਨਾਂ ਨਾਲ ਖਰਜਾ ਕੇ ਦਿੱਤ ਪੇਸ਼ ਕੀਓ ਵਜ਼ੀਰ-ਏ-ਦੀਫਾ ਰਾਇਨਤ ਸਿੰਘ ਨੇ ਵੀ ਮੁੰਬਈ ਦਸਤਗਰਦ ਹਮਲਾ ਦਾ ਮੁ ਕਸ਼ਮੀਰ ਕਲ ਲੈਫਟ ਹੈਂਡ ਗਵਰਨਰ ਮਨੋਜ ਸੈਨਾ ਨੇ ਵੀ 26 ਨਵੰਬਰ ਵਾਲਾ ਮੁੰਬਈ ਦਹਤਗੜ੍ਹ ਹਮਲਾਵਾਂ ਮ ਸ਼ਹੀਦ ਹੋਣ ਵਾਲਾ ਅਫਰਾਦ ਨਾਂ ਅਖਰਾਜ ਕੇ ਤਦ ਪੇਸ਼ ਕੀਓ ਵਜ਼ੀਰ-ਏ-ਦਾਖਲਾ ਮਦਸ਼ਾਨੇ ਆਇਨ ਤੇਹਾੜਾ ਕਾ ਮੌਕਾ ਪਰ ਤਮਾਮ ਸ਼ਹਿਰੀਆ ਨਾ ਮੁਬਾਰਕਬਾਦ ਪੇਸ਼ ਕੀ ਇੱਕ ਸਮਾਜੀ ਜ਼ਰਾਈ ਬਲਾਗ ਪੈਗਾਮਾ ਉਹਨਾਂ ਨੇ ਕਿਓ ਜੇ ਅੱਜ ਕੇ ਰੋਜ਼ ਆਇਨ ਕੀ ਕਦਰਾਂ ਔਰ ਅਸੂਲਾਂ ਕੀ ਗੱਲ ਕੀ ਜਾਏ ਉਹਨਾਂ ਨੇ ਲੋਕਾਂ ਨਾ ਕਿਓ ਜਿਵੇਂ ਆਇਨ ਕੀ ਰੂਹ ਮਜ਼ਬੂਤ ਕਰਨ ਕਾ ਸਿਲਸਿਲਾ ਮ ਇੱਕ ਹਲਫ ਲੀਨ ਲੈਫਟ ਹੈਂਡ ਗਵਰਨਰ ਮਨੋਜ ਸੈਨਾ ਨੇ ਅੱਜ ਆਇਨ ਵਾਰੇ ਤਿਆੜਾ ਦਾ ਮੌਕਾ ਪਰ ਉਦੇਦਾਰਾਂ اور ਅਹਿਮ ਅਮਲਾ ਦਾ ਜਵਾਨਾਂ ਕੇ ਹਮਰਾ ਆਇਨ ਦਾ ਸਰਨਾਮਾ ਕੋ ਜ਼ਿਕਰ ਕੀਓ ਬਾਬਾ ਆਇਨਾ ਖਰਜਗੀਦਤ ਪੇਸ਼ ਕਰਤਾ ਮੈਜਰਡ ਗਵਰਨਰ ਮਨੋਇਸ਼ ਨੇ ਕਿਹਾ ਜੀ ਆਇਨ ਕੀ ਕਿਤਾਬ ਮਾਰੀ ਦੰਸ਼ਮੰਦ ਰਹਿਨਮਾ ਹੈ ਉਹਨਾਂ ਨੇ ਲੋਕਾਂ ਨਾ ਕਿਓ ਜਿਵੇਂ तमाम ਸ਼ਹਿਰੀਆਂ ਵਾਸਤੇ ਇਨਸਾਫ ਕੀ ਕਦਰਾਂ ਕੁਸ਼ਾਦਾ ਦਿਲੀ ਬਰੋਬਰੀ ਤੇ ਸ਼ਾਨੋ ਸ਼ੌਕਤ ਦਾ سلسلہ ਮਾ ਫਿਰ ਆਪਣਾ ਆਪ ਨਾ ਵਕਫ ਕਰੇ ਸਰਕਾਰੀ ਡਿਗਰੀ ਕਾਲਜ ਕਸ਼ਤਵਾਰ ਨੇ ਆਇਨ ਤਿਹਾੜਾ ਦਾ ਸਿਲਸਿਲਾ ਗੀ ਤਕਰੀਬਾਤ ਮੁਕੰਮਲ ਕਰ ਲਈ ਹੈ ਇਸ ਜਿਮਨ ਕੋ ਮੌਜੂਦ ਹੋ ਮੇਰੋ ਆਇਨ ਮੇਰੋ ਫਖਰ ਇਸ ਸਿਲਸਿਲਾ ਮਤ ਰਹਿ ਹਫਤਾ ਕੇ ਦੌਰਾਨ ਯਾਨੀ 6 ਤੇ 26 ਨਵੰਬਰ ਬਿਸ਼ਕਾਰ ਕਾਲਜ ਨੇ ਆਲਾ ਤਾਲੀਮ ਸਰਗਰਮੀ ਕੈਲੰਡਰ ਦਾ ਹਿਸਾਬ ਨਾਲ 13 ਬਕ ਬਕ ਸਰਗਰਮੀ ਮਨਕਦ ਕੀ ਇਸ ਦੌਰਾਨ ਬਸ਼ਮੂਲ ਸੈਮੀਨਾਰਾਂ ਬੇਦਾਰੀ ਕੈਂਪਾਂ ਮਜ਼ਮੂਨ ਮੁਕਾਬਲਾ ਤੇ ਮੋਬਾਈਸਾਂ ਕਈ ਮੁਕਾਬਲਾ ਮਨਕਦ ਕੀਆ ਗਿਆ ਇਨ ਸਰਗਰਮੀਆਂ ਨੇ ਤਾਲਬ ਇਲਮਾਨਾ قابلے قدر موقام मुहैया کرایا یہ خبر تم আকাশ وانی جموںتی سن رہی ہیں قومی صحت مشن جموں کشمیر نے آج اسپتال اطلاعتی نظام یعنی ج کے ای سہجور عوامی صحت سہولیات کی درجہ بندی جاری کر دی دی ہے یہ درجہ بندی اکتوبر 2023 کا سلسلہ ما ਜਾਰੀ ਕੀਤੀ ਗਈ ਇਸ ਸਿਲਸਿਲੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਨਾਲ ਮੁੰਸਲਿਕ ਜ਼ੁਮਰਾਮਾ ਕਸ਼ਮੀਰ ਨਰਸਿੰਗ ਹੋਮ ਸਿੰਡਗ ਨੇ ਪਹਿਲਾ ਦਰਜਾ ਹਾਸਲ ਕੀਤਾ ਹੋਇਆ ਹੈ ਇਸ ਤੋਂ ਬਾਅਦ ਦੂਜਾ ਨੰਬਰ ਬਰ ਛਾਤੀ ਦੀ ਬਿਮਾਰੀਆਂ ਬਾਰੇ ਹਸਪਤਾਲ ਸਿਰਨਗਰ ਜੀਐਮਸੀ ਕਠੂਆ ਨਫਸੀਆਤੀ ਬਿਮਾਰੀਆਂ ਬਾਰੇ ਹਸਪਤਾਲ ਜੰਮੂ ਤੇ ਸੁਪਰ ਸਪੈਸ਼ਲਿਟੀ ਹਸਪਤਾਲ ਜੰਮੂ ਨਾਲ ਰੱਖਿਆ ਗਿਆ ਹੋਇਆ ਹੈ ਇਸ ਤੋਂ ਬਾਅਦ ਜਿਹੜਾ ਪੰਜ ਹਸਪਤਾਲ ਇਸ ਜ਼ੁਮਰਾ ਮਾ ਰੱਖਿਆ ਗਿਆ ਹੈ ਇਨਮਾ ਐਸਐਮਐਚਐਸ ਸਿਰਨਗਰ ਜੀਐਮਸੀ ਹੰਦਵਾੜਾ ਜੀਐਮਸੀ ਉਦੋਂਪੁਰ ਸੂਪਰ ਸਪੈਸ਼ੈਲਟੀ ਸ਼੍ਰੀਨਗਰ گورਨਮੈਂਟ ਮੈਡੀਕਲ ਕਾਲਜ ਡੋਡਾ ਤੇ ਜੀਐਮਸੀ ਜਮੂਸ਼ਾ ਮਲੇ ਜ਼ਿਲ੍ਹਾ ਹਸਪਤਾਲਾਂ ਦਾ ਜ਼ੁਮਰਾ ਮਾ ਏਐਸਵਾਈਐਮ ਡੀਐਚ ਬੜਗਾਮ ਨੇ ਪਹਿਲੋ ਮਕਮ ਹਾਸਲ ਕੀਓ ਤੇ ਇਸ ਤਰ੍ਹਾਂ ਇਸਤੇ ਅੱਗੇ ਡੀਐਚ ਕੁਸ਼ਤਵਾੜ ਡੀਐਚ ਸ਼ੋਪੀਂਗਾ ਡੀਐਚ ਰਿਆਸੀ ਔਰ ਡੀਐਚ ਸਾਂਬਾ ਆਵੇਂ ਇਸ ਸਿਸਟਮ ਅਟਲੇ ਕਾ ਜ਼ੁਮਰਾ ਮਾ ਐਮਸੀਸੀਐਚ ਅਨਤਨਾਗ ਡੀਐਚ ਬਾਂਡੀਪੁਰ ਜਕੇ ਐਨਐਮ ਸ਼੍ਰੀਨਗਰ ਡੀਐਚ ਪੁਨਛ ਤੇ ਡੀਐਚ ਪਲਵਾਮਾ ਹਸਪਤਾਲ ਸ਼ਾਮਿਲ ਕੀ ਗਿਐਂ खबर का बाकी हिस्सा नाल जावेद चौधरी विकसित भारत संकल्प यात्रा आज जिला सांबा ही इलाका में शुरू की गई मुल इस प्रोग्राम को मकसदिप्तियार्बा रामगढ़ पंचायत में शुरू की गई है इस मौका ने इस तरह क्यों अलग अलग विभागों ने अपने अपने कैंप्स का यहाँ पे आयोजन किया जिसमें जो भी बचे हुए लाभार्थी है उनको इंक्लूड करने के लिए आज कोशिश की जा रही है और जितनी भी पंचायतें हैं सब में प्रयास किया जा रहा है कि सभी पंचायतों में सतत विकास के लिए सेचुरेशन के लिए अलग अलग स्कीम्स में चाहे वो ओडीएफ प्लस हो चाहे वो आयुष्मान भारत हो चाहे वो जल जीवन मिशन हो सभी विभागों के द्वारा प्रयास किया जा रहा है हमारा संकल्प है दो का विकसित भारत का वो पूर्ति करने के लिए वो लक्ष्य को पूरा करने के लिए हम एक कदम जो है इसी यात्रा से उठाएंगे ਜੰਮੂ ਕਸ਼ਮੀਰ ਦੀ ਰਹਿਣ ਵਾਲੀ ਸ਼ੀਤਲ ਦੇਵੀ ਨਾਲ ਸਾਲ 2023 ਦਾ ਏਸ਼ੀਅਨ ਇਨਾਮਾ ਬਹਿਤਨੀ ਨੌਜਵਾਨ ਖਿਡਾਰੀ ਇਨਾਮ ਦਿੱਤੋ ਗਿਆ ਹੈ ਇਹ ਇਨਾਮ ਪੈਰਾ ਆਰਚਰ ਖੇਡ ਦਾ سلسلہ ਮਾ ਗੈਰ ਮਾਮੂਲੀ ਖਿਦਮਤ ਦਾ ਬਦਲਾ ਮਾ ਦਿੱਤੋ ਗਿਆ ਜੰਮੂ ਮਾ LLC ਕ੍ਰਿਕਟ ਮੁਕਾਬਲਾ ਪਲਕਤੇ ਸ਼ੁਰੂ ਹੋ ਰਿਹਾ ਹੈ ਇਹ ਮੁਕਾਬਲਾ ਭਾਰਤ ਦਾ ਪੰਜ ਸ਼ਹਿਰਾਂ ਮਾ 18 ਨਵੰਬਰ ਤੇ 9 ਦਸੰਬਰ 2023 ਵਿਚਕਾਰ ਖੇਡਿਆ ਜਾ ਰਿਹਾ ਹੈ ਜਿਨ ਮਾ ਜੰਮੂ ਵੀ ਸ਼ਾਮਲ ਹੈ इस सिलसिला जम्मू तमाम मैच मौलाना आजाद स्टेडियम खेला जाएगा इस वास्ते हिफाजत का इंतजाम किया गया है इंस्पेक्टर जनरल पुलिस बुराए जम्मू जोन अनंत जैन ने जम्मू का पुलिस अफसर त मुसल हिफाजती दस्तान सीआईडी रेलवेज नाल एक मीटिंग की सदारत की है इस मौके पर हिफाजत ट्रैफिक गड्डि की आोजाई बारे इंतजामा जोर पाया गया है ਕ੍ਰਿਕਟ ਮੁਕਾਬਲਾਂ ਦਾ ਸਿਲਸਿਲਾ ਮਾ ਅੱਜ ਥਿਰੁਵਨਥਮਪੁਰਮ ਗੀ ਗ੍ਰੀਨ ਫੀਲਡ ਸਟੇਡੀਅਮ ਮਾ ਭਾਰਤ ਤੇ ਆਸਟ੍ਰੇਲੀਆ ਬਸ਼ਕਰ ਮੁਕਾਬਲੋ ਵੈਗੋ ਯੋ ਮੁਕਾਬਲੋ ਟੀ20 ਸੀਰੀਜ਼ ਦਾ ਸਿਲਸਿਲਾ ਮਾ ਖੇਡਿਓ ਜਾਏਗੋ ਭਾਰਤੀ ਵਕਤ ਦੇ ਮੁਤਾਬਕ ਯੋ ਮੈਚ ਸ਼ਾਮ 7 ਵਜੇ ਸ਼ੁਰੂ ਵੈਗੋ ਕਾਬਲੇ ਜ਼ਿਕਰ ਹੈ ਜੇ ਭਾਰਤ ਨੇ ਵੀਰਵਾਰੇ ਵਿਸਖਾ ਪਟਨਮ ਮਾ ਪਹਿਲੋ ਮੈਚ ਦੋ ਵਿਕਟਾਂ ਨਾਲ ਜਿੱਤ ਗਿਆ ਸੀਰੀਜ਼ ਮਾ 1-0 ਦੀ ਬੜਤ ਹਾਸਲ ਕਰ ਲਈ ਇਸ ਜਮਨ ਮਾ ਭਾਰਤ ਤੇ ਆਸਟ੍ਰੇਲੀਆ ਬਖ ਬਖ ਖਿਡਾਰੀਆਂ ਨਾਲ ਖੇਡ ਰਿਹਾ ਹੈ ਕਿਉਂ ਜੇ ਇਨ ਦਾ ਕਈ ਖਿਡਾਰੀ ਜਿਹੜਾ ਜੇ ਆਲਮੀ ਕੱਪ ਮੈਂ ਸ਼ਾਮਲ ਥਾ ਵੇ ਆਰਾਮ ਵਰੇ ਅਖੀਰ ਮ ਖਾਸ ਖਾਸ ਖਬਰ ਇੱਕ ਬਾਰ ਫਿਰ ਵਜ਼ੀਰ ਆਜ਼ਮ ਨੇ ਅੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ 26 11 ਮੁੰਬਈ ਹਮਲਾ ਮ ਜਾਨ ਗਵਾਣ ਵਾਲਾ ਅਫਰਾਦ ਨਾਲ ਯਾਦ ਕੀਓ ਤੇ ਕਿਉਂ ਜੇ ਭਾਰਤ ਦੇ ਇਸ ਗਰਦੀ ਨਾਲ ਤਗੜਾਈ ਨਾਲ ਖਤਮ ਕਰ ਰਹੇ ਹੋਏ ਹੈ ਉਤਰਾਖੰਡ ਮੇ ਇੱਕ ਜ਼ੇਰੇ ਤਾਮੀਰੀ ਟਨਲ ਮਾਫਸਿਆਵਾ 41 ਮਜ਼ਦੂਰਾਂ ਨੂੰ ਬਚਾਉਣ ਵਾਸਤੇ ਕਾਰਵਾਈ ਜਾਰੀ ਹੈ ਤੇ ਕੁੰਬਗਫਰਾਤ ਨਾਲ ਮਜ਼ਦੂਰਾਂ ਕੋ ਰਾਬਤੋ ਕਾਇਮ ਕਰਨ ਵਾਸਤੇ ਟੈਲੀਫੋਨ ਦੀ ਸਹੂਲਤ ਮਹయ్యా ਕਰਾਈ ਗਈ ਹੈ। ਕੌਮੀ ਸਿਹਤ ਮਿਸ਼ਨ ਨੇ ਅਕਤੂਬਰ 2023 ਵਾਸਤੇ ਆਵਾਮੀ ਸਿਹਤ ਸਹੂਲਿਆਤ ਗਿਦਰਜਬੰਦ ਹਸਪਤਾਲ ਇਤਲਾਤੀ ਨਿਜ਼ਾਮ ਵਰ ਜਾਰੀ ਕਰ ਦਿੱਤੀ ਹੈ ਤੇ ਜੰਮੂ ਮਾ ਪਲਕ ਐਲ ਐਲ ਸੀ ਕ੍ਰਿਕਟ ਮੁਕਾਬਲਾ ਖੇਡਿਆ ਜਾਏਗਾ। ਇਸ ਖ਼ਾਨਾਲੀ ਗੋਜਰੀ ਮਾ ਖਬਰਾਂ ਕੋ ਯੂ ਬਲੇਟਿਨ ਖਤਮ ਹੋ।